ਨਮਸਕਾਰ, ਤੁਸੀਂ ਦੇਖ ਰਹੇ ਹੋ ਪਬਲਿਕ ਸਪੋਟ ਨਿਊਜ਼ ਫੋਕਸ। ਮੈਂ ਪਰਮ ਭਾਰਦਵਾਜ। ਕੋਰੋਨਾ ਵਾਇਰਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਪੀਲ 'ਤੇ ਦਸੂਹਾ ਸ਼ਹਿਰ ਵਿੱਚ ਅੱਜ ਰਾਤ ਠੀਕ 9:09 ਦੇ ਲਈ ਲੋਕਾਂ ਨੇ ਮੋਮਬੱਤੀਆਂ, ਦੀਵੇ, ਟੌਰਚ ਜਗਾ ਕੇ ਇੱਕਜੁੱਟਤਾ ਦਿਖਾਈ। ਇਸ ਮੌਕੇ 'ਤੇ ਪ੍ਰਧਾਨ ਰਵਿੰਦਰ ਸਿੰਘ ਰਵੀ, ਕਾਰਜ ਸਾਧਕ ਅਫਸਰ ਮਦਨ ਸਿੰਘ, ਗਊਸ਼ਾਲਾ ਦੇ ਪ੍ਰਧਾਨ ਅਰੁਣ ਸ਼ਰਮਾ, ਸਮਾਜ ਸੇਵਕ ਦੀਪ ਗਗਨ ਹਨੀ ਸਿੰਘ ਗਿੱਲ, ਸਿਹਤ ਕਰਮਚਾਰੀ ਪ੍ਰਮੋਦ ਗਿੱਲ, ਨੰਨੀ ਬੱਚੀ ਪਰੀ ਸਮੇਤ ਦਸੂਹਾ ਸ਼ਹਿਰ ਦੀਆਂ ਕਈ ਹੋਰ ਮਹਾਨ ਹਸਤੀਆਂ ਨੇ ਆਪਣੇ ਆਪਣੇ ਘਰਾਂ ਦੀਆਂ ਛੱਤਾਂ 'ਤੇ ਮੋਮਬੱਤੀਆਂ, ਦੀਵੇ, ਮੋਬਾਈਲ ਟਾਰਚਾਂ ਜਗਾ ਕੇ ਗਾਇਤਰੀ ਮੰਤਰ ਅਤੇ ਮੂਲ ਮੰਤਰ ਦਾ ਜਾਪ ਕੀਤਾ ਅਤੇ ਸਾਰੀ ਦੁਨੀਆ ਦੀ ਸੁੱਖ ਸ਼ਾਂਤੀ ਲਈ ਅਰਦਾਸਾਂ ਕੀਤੀਆਂ। ਅਚਾਨਕ ਤੇਜ਼ ਹਨੇਰੀ ਆਉਣ ਦੇ ਬਾਵਜੂਦ ਵੀ ਲੋਕ ਆਪਣੇ ਘਰਾਂ ਦੀਆਂ ਛੱਤਾਂ 'ਤੇ ਮੋਮਬੱਤੀ ਜਗਾ ਕੇ ਡਟੇ ਰਹੇ। ਪਬਲਿਕ ਸਪੋਟ ਨਿਊਜ਼ ਫੋਕਸ ਬਿਊਰੋ ਦੇ ਨਾਲ ਦਸੂਹਾ ਤੋਂ ਸੋਨੀਆ ਉੱਪਲ ਦੀ ਰਿਪੋਰਟ। ਜੋ ਉਹਨਾਂ ਨੇ ਮੁਹਿੰਮ ਚਲਾਈ ਸੀ 5 April ਨੂੰ ਰਾਤ 9:09 ਤੱਕ ਆਪਣੇ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰਕੇ ਘਰ ਵਿੱਚ ਦੀਵੇ ਜਗਾ ਕੇ ਇੱਕ ਰੋਸ਼ਨੀ ਦੇ ਰੂਪ ਵਿੱਚ ਆਪਾਂ ਸਮੁੱਚੀ ਦੁਨੀਆ ਨੂੰ ਸੰਦੇਸ਼ ਦੇਣਾ ਸੀ। ਜੇਕਰ ਸਾਡੇ 'ਤੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਆ ਜਾਂਦੀ ਹੈ ਤਾਂ ਅਸੀਂ ਆਪਣੇ ਇਕੱਠ ਵਜੋਂ ਉਸ ਵੱਡੀ ਤੋਂ ਵੱਡੀ ਮੁਸ਼ਕਿਲ ਨਾਲ ਲੜਾਈ ਕਰ ਸਕਦੇ ਹਾਂ। ਇਸ ਦੇ ਨਾਲ ਹੀ ਮੈਂ ਆਪਣੇ ਪਰਿਵਾਰ ਵਜੋਂ ਇਸ ਮੁਹਿੰਮ ਦਾ ਪੁਰਜ਼ੋਰ ਸਮਰਥਨ ਕਰਦਾ ਹਾਂ। ਇਸ ਦੇ ਨਾਲ ਹੀ ਪਬਲਿਕ ਸਪੋਰਟ ਨਿਊਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੋ ਸਾਡੇ ਤੱਕ, ਸਾਡੇ ਪਰਿਵਾਰਾਂ ਤੱਕ ਘਰ ਬੈਠੇ ਹਰ ਇੱਕ ਨਵੀਂ ਜਾਣਕਾਰੀ ਜੋ ਸਾਡੇ ਲਈ ਬਹੁਤ ਜ਼ਰੂਰੀ ਹੈ ਉਹ ਸਾਡੇ ਤੱਕ ਮੁਹੱਈਆ ਕਰਾਉਂਦੇ ਨੇ, ਪਹੁੰਚਾਉਂਦੇ ਨੇ। ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰੀ ਮੈਂ ਆਪਣੇ ਪਰਿਵਾਰ ਵੱਲੋਂ ਫਿਰ ਪਬਲਿਕ ਸਪੋਰਟ ਨਿਊਜ਼ ਚੈਨਲ ਦਾ ਧੰਨਵਾਦ ਕਰਦਾ ਹਾਂ। ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਆਹਵਾਨ 'ਤੇ ਕੋਰੋਨਾ ਵਾਇਰਸ ਨੂੰ ਭਜਾਉਣ ਲਈ ਪੂਰੇ ਭਾਰਤ ਵਰਸ਼ ਵਿੱਚ ਦੀਵੇ ਜਗਾਉਣ ਦਾ ਆਹਵਾਨ ਕੀਤਾ ਗਿਆ ਸੀ, ਜਿਸ 'ਤੇ ਸਾਰੇ ਭਾਰਤ ਵਾਸੀਆਂ ਨੇ ਅੱਜ ਪੂਰੇ ਭਾਰਤ ਵਿੱਚ ਦੀਪਮਾਲਾ ਕੀਤੀ। ਜਿਸ ਵੀ ਦਿਨ ਵਿੱਚ ਰਾਜੀਵ ਦੀਕਸ਼ਿਤ ਗਊਸ਼ਾਲਾ ਵਿੱਚ ਵੀ ਦੀਪਮਾਲਾ ਕੀਤੀ ਗਈ, ਦੀਵੇ ਜਗਾਏ ਗਏ, ਗਊ ਮਾਤਾ ਪ੍ਰਾਰਥਨਾ ਕੀਤੀ ਗਈ ਕਿ ਇਹ ਗਊ ਮਾਤਾ ਪੂਰੇ ਸੰਸਾਰ ਨੂੰ ਕੋਰੋਨਾ ਵਾਇਰਸ ਤੋਂ ਮੁਕਤ ਕਰੇ ਅਤੇ ਸਵਸਥ ਜੀਵਨ ਸਾਰਿਆਂ ਨੂੰ ਪ੍ਰਦਾਨ ਕਰੇ। ਜੈ ਹਿੰਦ। ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਓਮ ਭੂਰ ਭੁਵ ਸਵਹ ਤਸਵਿਤੁਰ ਵਰੇ ਨਯਮ ਵਰਗੋ ਦੇਵਸਯ ਧੀਮਹਿ ਧਿਯੋ ਧਿਯੋ ਨਾਮ ਪ੍ਰਚੋਦਯਾ ਓਮ ਸ਼ਾਂਤੀ ਸ਼ਾਂਤੀ ਸ਼ਾਂਤੀ। ਮੈਂ ਮਦਨ ਸਿੰਘ, ਕਾਰਜ ਸਾਧਕ ਅਫਸਰ ਨਗਰ ਕੌਂਸਲ ਦਸੂਹਾ। ਜਿਵੇਂ ਕਿ ਆਪ ਸਾਰੇ ਦੇਸ਼ ਵਾਸੀਆਂ ਨੂੰ ਪਤਾ ਹੈ ਕਿ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਦੇ ਦਿਨ ਦੀ ਅਪੀਲ ਕੀਤੀ ਹੋਈ ਹੈ ਕਿ ਸਾਰੇ ਦੇਸ਼ ਵਾਸੀ ਇਸ ਲਈ COVID-19 ਦੀ ਇੱਕ ਭਿਆਨਕ ਬਿਮਾਰੀ ਸਾਡੇ ਦੇਸ਼ 'ਚ ਫੈਲ ਰਹੀ ਹੈ, ਪੂਰੇ ਸੰਸਾਰ 'ਚ ਫੈਲ ਰਹੀ ਹੈ। ਇਹਦੇ ਸੰਬੰਧ ਦੇ ਵਿੱਚ 9 ਤੋਂ ਲੈ ਕੇ ਰਾਤ ਨੂੰ 9 ਤੱਕ ਹਰ ਸ਼ਖਸ ਨੇ ਆਪਣੇ 9 ਜਿਹੜੇ ਹੈ ਇਹ ਲਾਈਟ ਲੈ ਕੇ ਜਾਂ ਦੀਵਾ ਲੈ ਕੇ ਜਾਂ ਆਪਣੇ ਮੋਬਾਈਲ ਦੀ ਲਾਈਟ ਲੈ ਕੇ ਸਾਰਿਆਂ ਨੂੰ ਇੱਕ ਰੋਸ਼ਨੀ ਦੇਣੀ ਹੈ ਔਰ
ਰੋਸ਼ਨੀ ਲੈ ਕੇ ਇਹ ਜਾਗਰਿਤ ਕਰਨਾ ਸਾਰਿਆਂ ਨੂੰ, ਔਰ ਪਰਮਾਤਮਾ ਅੱਗੇ ਇਹ ਦਿਲੋਂ ਦੁਆ ਵੀ ਕਰਨੀ ਹੈ ਕਿ ਹੇ ਪਰਮਾਤਮਾ, ਜਿਸ ਤਰ੍ਹਾਂ ਸਾਡੀਆਂ ਫੈਮਿਲੀਆਂ, ਸਾਡਾ ਪਰਿਵਾਰ, ਸਾਡਾ ਦੇਸ਼, ਸਾਡਾ ਸ਼ਹਿਰ ਪਹਿਲਾਂ ਦੀ ਤਰ੍ਹਾਂ ਸੀ, ਉਸੇ ਤਰ੍ਹਾਂ ਹੀ ਸਾਨੂੰ ਪਰਮਾਤਮਾ ਪਹਿਲੀ ਦੀ ਤਰ੍ਹਾਂ ਉਹੀ ਸਥਿਤੀ ਵਿੱਚ ਲੈ ਕੇ ਆਓ। ਔਰ ਇਸ ਅਹਿਵਾਨ ਨੂੰ ਮੰਨਦੇ ਹੋਏ ਅਸੀਂ ਸਾਰਾ ਦਸੂਹਾ, ਖਾਸ ਕਰਕੇ ਇਸ ਅਸੀਂ ਹੁਣ ਦੇਖਿਆ ਕਿ ਸਾਰੇ ਲੋਕ ਆਪਣੇ ਆਪਣੀ ਛੱਤਾਂ ਦੇ ਔਰ ਬਾਲਕਨੀਜ਼ 'ਤੇ ਮੋਬਾਈਲਸ ਲੈ ਕੇ ਖਾਸ ਕਰਕੇ ਖੜ੍ਹੇ ਆ, ਕਿਉਂਕਿ ਇੱਕਦਮ ਮੌਸਮ ਖਰਾਬ ਵੀ ਹੋ ਗਿਆ। ਪਰ ਫਿਰ ਵੀ ਸਾਰੇ ਲੋਕ, ਸਾਰੇ ਪਰਿਵਾਰ ਇਸ ਅਪੀਲ, ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਔਰ ਮੁੱਖ ਮੰਤਰੀ ਸਾਹਿਬ ਦੀ ਅਪੀਲ ਨੂੰ ਮੰਨਦੇ ਹੋਏ ਇਹ ਸਾਰਾ ਆਪਣੇ ਆਪਣੇ ਇਹਦੀ ਪਾਲਣਾ ਕਰ ਰਹੇ ਹੈ। ਔਰ ਮੈਂ ਪਰਮਾਤਮਾ ਅੱਗੇ ਦੁਆ ਕਰਦਾ ਕਿ ਪਰਮਾਤਮਾ ਜਲਦੀ ਇਸ ਸਾਨੂੰ ਇਹ ਬਿਮਾਰੀ ਤੋਂ ਨਿਜਾਤ ਦਵਾ ਕੇ ਪਹਿਲੇ ਦੀ ਤਰ੍ਹਾਂ ਸਾਡੇ ਪਰਿਵਾਰਾਂ, ਸਾਡੇ ਦੇਸ਼ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ। ਧੰਨਵਾਦ।